ਵੋਟ ਨਹੀਂ ਪਾਉਣ ਦਾ ਫੈਸਲਾ ਪਿੰਡ ਦੇ ਲੋਕਾਂ ਨੇ ਕੀਤਾ। ਉਹ ਕਹਿੰਦੇ ਨੇ ਆਸ਼ੀਸ਼ ਉਹ ਕਹਿੰਦੇ ਨੇ ਕਿ ਕਿਸੇ ਨੂੰ ਵੋਟ ਨਹੀਂ ਪਾਉਣੀ ਅਸੀਂ। ਬਿਲਕੁਲ, ਹਾਲਾਂਕਿ ਤਹਿਸੀਲਦਾਰ ਵੱਲੋਂ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਆਪਣੇ ਵੋਟ ਹੱਕ ਦਾ ਜ਼ਰੂਰ ਇਸਤੇਮਾਲ ਕਰੋ ਕਿਉਂਕਿ ਵੋਟ ਕਰਨਾ ਤੁਹਾਡਾ ਹੱਕ ਹੈ। ਹਾਲਾਂਕਿ ਜ਼ੀ ਪੰਜਾਬ ਹਰਿਆਣਾ ਹਿਮਾਚਲ ਵੀ ਅਪੀਲ ਕਰ ਰਿਹਾ, ਪਰ ਪੰਜ ਪਿੰਡਾਂ ਵੱਲੋਂ ਚੋਣਾਂ ਦੇ ਬਾਈਕਾਟ ਦਾ ਐਲਾਨ ਕਰਨਾ ਇਹ ਵਾਕਈ ਵੱਡਾ ਸਵਾਲ ਹੈ ਕਿਉਂਕਿ ਬਾਇਓਗੈਸ ਫੈਕਟਰੀ ਦੇ ਵਿਰੋਧ 'ਚ ਉਹ ਕਾਫੀ ਲੰਬੇ ਸਮੇਂ ਤੋਂ ਪ੍ਰੋਟੈਸਟ ਵੀ ਕਰ ਰਹੀ ਸੀ ਅਤੇ ਲਗਾਤਾਰ ਮੰਗ ਕਰ ਰਹੀ ਸੀ ਕਿ ਬਾਇਓਗੈਸ ਫੈਕਟਰੀ ਬੰਦ ਹੋਣੀ ਚਾਹੀਦੀ ਹੈ, ਪਰ ਹੁਣ ਉਹ ਫੈਕਟਰੀ ਦੇ ਵਿਰੋਧ 'ਚ ਉਹ ਇਲੈਕਸ਼ਨ ਦਾ ਹੀ ਬਾਈਕਾਟ ਕਰ ਰਹੇ ਹੈ। ਇਹ ਆਪਣੇ ਆਪ 'ਚ ਇੱਕ ਵੱਡਾ ਸਵਾਲ ਹੈ। ਬਿਲਕੁਲ, ਇਲੈਕਸ਼ਨ ਦਾ ਬਾਈਕਾਟ ਕਰ ਦੇਣਾ, ਕੀ ਲੱਗਦਾ ਕਿ ਇਸ ਦੇ ਨਾਲ ਵੀ ਪਾਰਟੀਆਂ ਤੇ ਫਰਕ ਪਏਗਾ, ਜਨਤਾ ਦਾ ਮੂਡ ਵੀ ਚੇਂਜ ਹੋ ਸਕਦਾ ਬਾਕੀ? ਬਿਲਕੁਲ, ਹਾਲਾਂਕਿ ਜ਼ਾਹਿਰ ਤੌਰ ਤੇ ਗੱਲ ਹੈ ਗਗਨ, ਜੇਕਰ ਦੇਖਿਆ ਜਾਵੇ ਪਿੰਡ ਵਾਸੀਆਂ ਦੀ ਜੋ ਵੋਟ ਹੈ, ਵੋਟਰ ਜੇ ਵੋਟਰ ਘੱਟ ਹੋਊਗਾ ਤਾਂ ਵੋਟ ਪਰਸੈਂਟ ਘੱਟ ਹੋਊਗਾ, ਤਾਂ ਉਹ ਵੋਟ ਪਰਸੈਂਟ ਕਿਤੇ ਨਾ ਕਿਤੇ ਪਾਰਟੀਆਂ ਦੇ ਵੋਟ ਪਰਸੈਂਟ ਤੇ ਜ਼ਰੂਰ ਪ੍ਰਭਾਵਿਤ ਹੁੰਦਾ ਹੈ। ਪਰ ਜੇਕਰ ਜ਼ਿਕਰ ਕੀਤਾ ਜਾਵੇ ਖੰਨਾ ਦੇ ਪੰਜ ਪਿੰਡਾਂ ਵੱਲੋਂ, ਪੰਜ ਪਿੰਡ ਮਾਇਨੇ ਰੱਖਦੇ ਆ, ਪੰਜ ਪੂਰੇ ਪਿੰਡਾਂ ਵੱਲੋਂ ਚੋਣਾਂ ਦਾ ਜੋ ਬਾਈਕਾਟ ਦਾ ਐਲਾਨ ਕੀਤਾ ਗਿਆ। ਇਹਦੀ ਬਹੁਤ ਗੰਦੀ ਬਦਬੂ ਆਉਂਦੀ ਆ ਅਤੇ ਅਸੀਂ ਅੱਜ 26 ਦਿਨ ਹੋ ਗਏ ਲਗਾਤਾਰ ਧਰਨੇ 'ਤੇ ਬੈਠੇ ਹਾਂ ਨੂੰ। ਅਸੀਂ ਇਹਦੇ ਰੋਸ ਵਜੋਂ ਚੋਣਾਂ ਦਾ ਬਾਈਕਾਟ ਕੀਤਾ ਕਿਉਂਕਿ ਨਾ ਸਾਡੇ ਕੋਲ ਕੋਈ ਸਰਕਾਰੀ ਅਧਿਕਾਰੀ ਪਹੁੰਚੇ ਨੇ, ਨਾ ਸਾਡੀ ਕਿਸੇ ਨੇ ਕੋਈ ਚੰਗੀ ਤਰ੍ਹਾਂ ਸੁਣਵਾਈ ਕੀਤੀ ਹੈ। ਨਹੀਂ ਜੀ, ਵੋਟਾਂ ਦਾ ਸਾਡੇ ਵੱਲੋਂ ਪਿੰਡ ਵੱਲੋਂ ਬਾਈਕਾਟ ਆ, ਸਾਡੇ ਪਿੰਡ ਦਾ ਪੂਰਾ ਏਕਾ ਵਾ ਕਿਉਂਕਿ ਜਿਹੜੀ ਇਹ ਦੂਸ਼ਿਤ ਫੈਕਟਰੀ ਆ ਇਹਦੇ ਵਿਰੋਧ ਕਰਕੇ ਅਸੀਂ ਆਪਦਾ ਰੋਸ ਜ਼ਾਹਰ ਕਰਿਆ ਵੀ ਅਸੀਂ ਵੋਟਾਂ ਨਹੀਂ ਪਾਵਾਂਗੇ। ਇੱਕ ਤਾਂ ਇਹ ਕਾਫੀ ਦਿਨਾਂ ਤੋਂ ਲਗਾਤਾਰ ਧਰਨਾ ਚੱਲ ਰਿਹਾ ਫੈਕਟਰੀ ਵਾਲਿਆਂ ਦੇ ਖਿਲਾਫ, ਕਿਸਾਨ ਪਿੰਡਾਂ ਚਾਰਾਂ ਪਿੰਡਾਂ ਕਿੰਨੀਆਂ ਚੱਲ ਰਿਹਾ ਹੈ ਆਪਣੇ, ਅਤੇ ਨਾਲੇ 'ਚ ਕਿਸਾਨ ਯੂਨੀਅਨ ਦਾ ਸਹਿਯੋਗ ਹੈ ਅਤੇ ਇਹਦੇ ਵਾਸਤੇ ਮੈਂ ਇਹਨਾਂ ਕੋਲ ਆਇਆ ਸੀ ਕਿ ਇਹਨਾਂ ਨੇ ਇਲੈਕਸ਼ਨ ਦਾ ਬਾਈਕਾਟ ਕੀਤਾ ਹੋਇਆ ਸੀਗਾ, ਉਹਦੇ 'ਚ ਬੇਨਤੀ ਕਰਨ ਆਇਆ ਸੀਗਾ। ਅਤੇ ਇੱਕ ਜਿਹੜੀ ਇਹਨਾਂ ਦੀਆਂ ਡਿਮਾਂਡਸ ਹੈ ਉਹਦੇ ਸੰਬੰਧੀ ਅਸੀਂ ਆਪਣੇ ਪੋਲਿਊਸ਼ਨ SDO ਪੋਲਿਊਸ਼ਨ ਬੋਰਡ ਤੋਂ ਜਾਂਚ ਕਰਵਾਈ ਸੀਗੀ, ਉਹਦੀ ਰਿਪੋਰਟ ਇਹਨਾਂ ਨੂੰ ਦੇ ਦਿੱਤੀ ਸੀਗੀ। ਉਹਦੇ 'ਚ ਜੇ ਜਿਹੜੇ ਇਹਨਾਂ ਨੂੰ ਲੱਗਦਾ ਵੀ ਠੀਕ ਹੋਈ ਹੈ ਜਾਂਚ ਜਾਂ ਨਹੀਂ ਹੋਈ, ਇੱਕ ਉਹ ਮੈਂ ਇਹਨਾਂ ਨਾਲ ਡਿਸਕਸ ਕਰਨਾ।